ਹਾਂਜੀ ਸਤਿ ਸ਼੍ਰੀ ਅਕਾਲ। ਆ ਟਰੱਕ ਤੇ ਆਪਾਂ ਲਾਏ ਸੀ ਸੇਲ ਤੇ, ਅਜੇ ਵੀ ਆ ਗਿਆ, ਜੇ ਕਿਸੇ ਨੂੰ ਹੋਵੇ ਇੱਛਾ ਤੇ ਕਾਲ ਕਰ ਲਿਓ। ਪਰ ਆ ਜਿਹੜੇ ਮੈਸੇਜ ਐਵੇਂ ਆਉਂਦੇ ਨਾ ਵੀ ਲੁੱਟ ਲਿਆ, ਚੀਕਾਂ ਪੈ ਗਈਆਂ ਆ, ਭੱਜ ਗਏ, ਲੁੱਟ ਲਓ ਲੋਕਾਂ ਨੂੰ, ਚੱਲ ਆ ਤਾਂ ਸ਼ਾਇਦ ਮੈਨੂੰ ਲੱਗਦਾ ਫਣੀ ਹੈ, ਬਟ ਉਂਝ ਗੱਲ ਕਰਦਾ ਇਹ ਥੋੜ੍ਹੀ ਬਹੁਤ ਕਾਮਨ ਸੈਂਸ ਰੱਖੀ ਦੀ ਹੁੰਦੀ। ਸੀਰੀਅਸ ਆਫਰ ਆਏ ਕਈਆਂ ਦੇ ਲੋਕਾਂ ਦੇ 20,000 ਰੁਪਏ ਸੀਰੀਅਸ ਕਾਲ ਕਰਕੇ, ਉਹ ਯਾਰ ਸ਼ਰਮ ਕਰੋ ਮਾੜੀ ਮੋਟੀ। ਹੁਣ ਮੈਂ ਕਿ 7-8 ਹਜ਼ਾਰ ਦਾ ਉਹਦੇ 'ਚ ਸੀ ਪੀ ਸੀ ਆ ਟਰੱਕ 'ਚ, 2,000 ਦੇ ਵਿੱਚ ਦਾ ਏ ਬੀ ਐਸ ਦਾ ਯੂਨਿਟ ਆ, 4-5 ਹਜ਼ਾਰ ਦੇ ਟੈ 4,000 ਦੇ ਟਾਇਰ ਆ। ਫਿਰ ਜੇ ਮੈਂ ਉਹਨੂੰ ਖੋਲ ਕੇ ਵੀ ਵੇਚਦਾ, ਇੰਜਣ ਉਹਦਾ ਅਲੱਗ ਵੇਖ ਜਾਣਾ, ਟਰਾਂਸਮਿਸ਼ਨ ਅਲੱਗ ਵੇਖ ਜਾਣਾ, ਜਾਂ 40-45 ਹਜ਼ਾਰ ਦਾ ਤਾਂ ਖੋਲ ਕੇ ਵੇਚਦਾ ਮੈਂ, 40-45 ਤੋਂ 45 ਹਜ਼ਾਰ ਦਾ ਹਿਸਾਬ ਨਾਲ ਖੋਲ ਕੇ ਵੇਚ ਦੂੰਗਾ, ਵੇਚ ਸਕਦਾ ਟਰੱਕ। ਹਜ਼ਾਰ ਦੀ ਡੋਰ ਆ, ਵਿੰਡੋ ਆ, ਅੱਜ ਨਹੀਂ ਕੱਲ ਨੂੰ ਕਿਸੇ ਨਾ ਕਿਸੇ ਟਰੱਕ ਚੱਲਦੇ, ਕਿਸੇ ਨਾ ਕਿਸੇ ਟਰੱਕ ਤਾਂ ਖਰਾਬ ਹੋਣਾ ਹੀ ਆ, ਉਹਦੇ ਪੈ ਜੂਗਾ, ਅੱਜ ਨਹੀਂ ਤਾਂ ਵਿਕ ਜੂਗਾ। ਖੋਲ ਕੇ ਜੇ ਟਰੱਕ ਵੇਚਣ ਲੱਗ ਜਾ ਇੰਨੇ ਦਾ ਵੇਚ ਦੇਣਾ, ਸਿੱਧਾ ਹੀ ਗੱਲ ਵਾ। 6-7 ਹਜ਼ਾਰ ਦੇ ਤੇ ਸੀ ਪੀ ਸੀ ਲੱਗੇ ਪਏ, 2,000 ਦਾ ਏ ਬੀ ਐਸ ਕੰਪਨੀ ਵਾਲਾ ਕੰਪਿਊਟਰ ਆ, 4,000 ਦੇ ਟਾਇਰ ਵਧੀਆ ਪਏ ਆ, ਟਾਇਰ ਨਵੇਂ ਆ ਹਨਾ, 4,000 ਦੇ ਤੇ ਉਹਦੇ ਟਾਇਰ ਹੀ ਹੋ ਗਏ ਆ। ਕਿਹੜੀਆਂ ਗੱਲਾਂ ਕਰੀ ਜਾਂਦੇ, 25,000-30,000 ਦੇ ਸੀਰੀਅਸ ਆਫਰ, ਕਹਿੰਦੇ ਸੀਰੀਅਸ ਆਫਰ ਆ ਵਿੱਚ, ਇਹਦੇ ਨਾ ਵੇਚਣ ਵਾਲੀ ਗੱਲ ਹੋ ਗਈ। ਕਾਮਨ ਸੈਂਸ ਰੱਖੋ, ਇਹ ਨਹੀਂ ਗਾ ਵੀ ਹਾਂ ਮਾਰਕੀਟ ਡਾਊਨ ਆ ਤੇ ਲੋਡ ਟਰੱਕ ਸਸਤੇ ਹੋ ਗਿਆ ਤੇ ਤੁਸੀਂ ਫ੍ਰੀ ਚ, ਇਟਸ ਨੈਵਰ ਗੋਣਾ ਹੈਪਨ। ਹਾਂ ਵੱਡੀਆਂ ਕੰਪਨੀਆਂ ਜੇ ਜ਼ਿਆਦਾ ਹੀ ਉੱਥੇ ਦਲੀ ਦੀ ਮਲੀ ਹੋ ਜਾਵੇ, ਵੱਡੀਆਂ ਕੰਪਨੀਆਂ ਵੇਚ ਸਕਦੀਆਂ, ਮੈਂ ਨਹੀਂ ਵੇਚੂੰਗਾ, ਛੋਟੀ ਕੰਪਨੀ ਕੋਈ ਵੀ ਨਹੀਂ ਵੇਚੂਗੀ। ਵੱਡੀਆਂ ਕੰਪਨੀਆਂ ਹੋਇਆ ਤਾਂ ਵੇਚਣ ਲੱਗ ਪੈਣ 30,000 ਦਾ, ਮੈਂ ਨਹੀਂ ਵੇਚੂੰਗਾ, ਮੈਂ ਪਾਰਟ ਕਰਕੇ ਵੇਚ ਦੂੰਗਾ, ਪਾਰਟ ਕਰ ਦੂੰਗਾ ਨਾ, ਉਹ ਕਿਹੜੀ ਗੱਲ ਆ, ਕਿੱਡੀ ਕੁ ਗੱਲ ਆ ਪਾਰਟ ਕਰਨੇ ਹਨਾ। ਮੈਂ ਤੂੰ ਟਰੱਕ ਵੇਚਣ ਦੀ ਜਗ੍ਹਾ 'ਤੇ ਮੈਂ ਪਾਰਟ ਕਰਕੇ ਵੇਚੂੰਗਾ ਨਾ, ਇੰਜਨ ਅਲੱਗ ਵੇਚੂੰਗਾ, ਟਰਾਂਸਮਿਸ਼ਨ ਅਲੱਗ ਵੇਚੂੰਗਾ, ਉਹਦਾ ਦੋ ਉਹਦੇ ਕੰਪਿਊਟਰ ਆ ਉਹ ਅਲੱਗ ਵੇਚੂੰਗਾ, ਟਾਇਰ ਰਿਮ ਕਿੱਥੇ ਗੱਲ ਜਾਂਦੀ ਹੈ, ਚਾਸੀ ਐਂਡ ਤੇ ਅਲੱਗ ਵੇਚ ਜਾਣੀ, ਚਾਸੀ ਵੀ ਵਿਕ ਜਾਂਦੀ। ਸੋ ਥੋੜ੍ਹੀ ਕਾਮਨ ਸੈਂਸ ਰੱਖੀ ਦੀ ਹੁੰਦੀ ਆ, ਹਰੇਕ ਗੱਲ ਦਾ ਮਜ਼ਾਕ ਵਾਲੀ ਗੱਲ ਅਲੱਗ ਹੁੰਦੀ ਆ, ਹਰੇਕ ਗੱਲ ਨੂੰ ਆਪਣੇ ਆਪ ਨੂੰ ਵਿਕਟਮਾਈਜ਼ ਹੀ ਨਹੀਂ ਕਰੀ ਚਾਹੀਦਾ ਹੁੰਦਾ ਵੀ ਹਾਂ ਮੈਨੂੰ ਲੁੱਟ ਲਿਆ ਤੇ ਉਹ ਜੇ ਤੇ, ਕੋਈ ਨਹੀਂ ਕਿਸੇ ਨੂੰ ਲੁੱਟਦਾ, ਜੇ ਨਹੀਂ ਤੁਸੀਂ ਅਫੋਰਡ ਕਰਦੇ ਨਾ ਖਰੀਦੋ। ਕਦੀ ਕੋਈ ਕਿਸੇ ਬਰੋ ਨੂੰ ਡੀਲਰਾਂ ਨੂੰ ਗਾਲਾਂ ਕੱਢੀ ਜਾਂਦਾ, ਕੋਈ ਲੋਨ ਵਾਲੀਆਂ ਕੰਪਨੀਆਂ ਨੂੰ ਗਾਲਾਂ ਕੱਢੀ ਜਾਂਦਾ, ਕੋਈ ਕੰਪਨੀ ਨੂੰ ਜਿਹੜੇ ਡਿਸਪੈਚਰਾਂ ਨੂੰ ਗਾਲਾਂ ਕੱਢੀ ਜਾਂਦਾ, ਯਾਰ ਗੱਲ ਆ ਕੋਈ, ਆਪਣਾ ਆਪਣਾ ਦਿਮਾਗ ਨਹੀਂ ਹੈਗਾ ਤੁਹਾਡਾ।